छोटे स्पीकर दा रोटी खाने छोटा जा स्पीकर कराना छत मिट्टी सुट के आनी है 1400 रुपया छत मिट्टी ना भी कम बड़ा वा हूं शहर जाना जाके देना सवेरे कल 12 बजे फिर शर्मा सी ले आके तुहानू देना अब जाके सही करके पैसे से साडे जे मैं तुहानू फिर तू करवा के तुसी देना वा हां जी ते फिर तुसी कादी मैकेनिक दे यार असी जेड़ा वेल्डिंग दा काम हुंदा है कि नहीं एदी अंदरली फिटिंग पछाले हुंदी है काम नहीं आगा यार भाई काम कुछ नहीं आउंदा मेनू लगदा यार ये यार तोकदा का कितों आ गए यार सानू काम नहीं आंदा तू और गल सुना रहे हां मैं शोकेस ला लूं कि तुसी बैठ के यार मैं कितों पिंड दे पट्टे वाला वड़दा रो स्पीकर सही करवाउण आ गए हां जा तेरी मेहरबानी तैनू शाला दी दुकानां नहीं कदर दा की पता होवे जे किराया भरवे 14000 रुपया दा भाई जी 400 रुपया मैं शहर आप जाके सवेरे करा ले आऊंगा साइकिल ते रख के तेरे वर्गे इदां ही हुंदे आ बंदे ਜਦੋਂ ਮੈਂ ਤੇਰੇ ਕੋਲੋਂ ਮੰਗਿਆ ਨਹੀਂ ਇਹਦਾ 2000 ਰੁਪਈਆ ਤੇ ਮੈਂ ਉਹਦੇ ਬੋਤਲ ਬੋਤਲ ਖੂਨ ਵੀ ਬਣਾ ਕੇ ਪੈਸੇ ਹੁਣ ਦੱਸੋ 300 ਰੁਪਈਆ ਲੈਣਾ ਜੀ ਉਹ ਜਾ ਭਾਈ ਜਾ ਤੇਰੇ ਸਵੇਰੇ ਤੇਰੀ ਮਿਹਰਬਾਨੀ ਜਾ ਸਵੇਰ ਸਵੇਰ ਤੋਂ ਮੇਰੇ ਮੱਥੇ ਕਿੱਥੇ ਲੱਗ ਗਿਆ ਮੈਂ ਤਾਂ ਜੇ ਜੇ ਤੂੰ ਦੁਕਾਨ ਖੋਲੀ ਵੀ ਤੇ ਕਮਾ ਰਿਆ ਬੱਚਿਆਂ ਦਾ ਚਲੋ ਯਾਰ 350 ਕਰ ਲੋ ਭਾਈ ਜੀ ਰੁਪਈਆ 450 ਲੱਗਣਾ ਵਾ 900 ਐਂ ਤੇਰੇ ਵਾਸਤੇ ਕਿੱਥੇ 1500 ਦੀ ਕਿੱਥੇ 950 ਜੇ ਕਰਾਉਣਾ ਤੇ ਰੱਖ ਜੋ ਮੈਂ ਸਵੇਰੇ ਕੱਲ ਨੂੰ ਆਣ ਕੇ 12 ਵਜੇ ਲੈ ਜਿਓ ਨਹੀਂ ਤੇ ਅਦਾ ਵੀ ਸਪੋਰਟ ਚਲੋ ਯਾਰ ਐਡੀ ਕੋਲੀ ਗੱਲ 700 ਰੁਪਈਆ ਲੈ ਲਾ ਤੇ ਭਾਈ ਜੀ ਕਿੱਥੇ ਸਹੀ ਕਰ ਦੇ ਠੀਕ ਹੈ ਕਿ ਨਹੀਂ ਹੁਣ ਘੰਟੇ ਬਾਅਦ ਇਹ ਨਾ ਮੈਨੂੰ ਤਾਂ ਡਰ ਲੱਗਾ ਕਿ ਤੇਰੇ ਕੋਲ ਸਪੀਕਰ ਰੱਖਣ ਕੇ ਤੂੰ ਕੋਈ ਫਰਾਡੀ ਜਿਹਾ ਬੰਦਾ ਵਾ ਧੋਖੇ ਬਾਅਦ ਜਾਂ ਫਿਰ ਤੂੰ ਭਰਾ ਨੂੰ ਮਾਰ ਲੈ ਕੇ ਆਵੇਂ ਅੱਗੋਂ ਕਮੇ ਜੀ ਮੈਂ ਤੁਹਾਨੂੰ ਦੋ ਸਪੀਕਰ ਦੇ ਕੇ ਗਿਆ ਸੀ ਤੇ ਫਿਰ ਹੋਰ ਕੋਈ ਸ਼ਾਨ ਕਰੋ ਚੁੱਕ ਲੈ ਭਾਜੀ ਆ ਵੀ ਮੈਨੂੰ 650 ਕਰ ਦੇ ਨਹੀਂ ਉਦਾਂ ਤਾਂ ਮੇਰੇ 3 ਸਪੀਕਰ ਵਿੱਚ ਲੱਗੇ ਆ ਭਾਈ ਜੀ ਹਾਂ ਨਹੀਂ ਤੇ ਤੁਹਾਡੀ ਮੇਰੀ ਇੱਕ ਚ ਗੱਲ ਹੁੰਦੀ ਹੈ ਨਹੀਂ ਕਰਨਾ ਇੱਕ ਹੀ ਸਹੀ ਹੈ ਹਾਂਜੀ ਹਾਂ ਠੀਕ ਹੈ 700 ਰੁਪਏ ਚ ਭਾਈ ਆ ਤੁਸੀਂ ਰੱਖ ਲਓ ਰੱਖ ਦਿਓ ਤੇ 800 ਰੁਪਏ ਲਵਾਂਗੇ ਨਹੀਂ 700 800 करना मन वापस दे स्पीकर ਇਹ 200 ਚ ਭਾਈ ਗੱਲ ਮੇਰੀ ਹੋ ਗਈ ਹੈ ਯਾਰ ਸਾਹ ਤੂੰ ਮੈਨੂੰ ਕੰਮ ਕਰਨ ਦੇਣਾ ਕਿ ਜਾਂ ਨਹੀਂ ਕਰਨਾ ਪਤਾ ਨਹੀਂ ਕਿੰਨਾ ਦਾ ਬੰਦਾ ਇਹ ਯਾਰ ਚੁੱਕ ਨੂੰ
10,000